ਗੁਰਦਾਸਪੁਰ ਦੇ ਕੇਸ਼ੋਪੁਰਾ ਚੰਮ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਪੰਛੀ ਪਹੁੰਚਣੇ ਸ਼ੁਰੂ ਹੋ ਗਏ ਹਨ। ਰਸ਼ੀਆ, ਇਜਿਪਟ ਅਤੇ ਸਾਈਪ੍ਰਸ ਜਿਵੇਂ ਦੇਸ਼ਾਂ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਤੋਂ ਇਹ ਪ੍ਰਵਾਸੀ ਪੰਛੀ ਪਹੁੰਚ ਰਹੇ ਹਨ। ਇਹਨਾਂ ਪੰਛੀਆਂ ਵਿੱਚੋਂ 100 ਤੋਂ ਜ਼ਿਆਦਾ ਪ੍ਰਜਾਤੀਆਂ ਦੇ 20,000 ਤੋਂ ਜ਼ਿਆਦਾ ਪ੍ਰਵਾਸੀ ਪੰਛੀ ਪਹੁੰਚ ਚੁੱਕੇ ਹਨ ਅਤੇ ਜਨਵਰੀ ਤੱਕ ਹਜੇ ਹੋਰ ਆਉਣ ਦੀ ਉਮੀਦ ਹੈ। ਇਹਨਾਂ ਪ੍ਰਵਾਸੀ ਪੰਛੀਆਂ ਦੇ ਕੇਸ਼ੋਪੁਰਾ ਛੰਮ ਵਿੱਚ ਆਉਣ ਤੋਂ ਬਾਅਦ ਇੱਥੇ ਦਾ ਮਾਹੌਲ ਕਾਫੀ ਖੁਸ਼ਨੁਮਾ ਹੋ ਜਾਂਦਾ ਹੈ ਅਤੇ ਲੋਕ ਇਹਨਾਂ ਪ੍ਰਵਾਸੀ ਪੰਛੀਆਂ ਨੂੰ ਦੇਖਣ ਦੇ ਲਈ ਦੂਰ ਦੂਰ ਤੋਂ ਕੇਸ਼ੋਪੁਰਾ ਛੰਮ ਗੁਰਦਾਸਪੁਰ ਆਉਂਦੇ ਹਨ। ਇਹ ਲਗਭਗ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਹੈ ਮਾਈਗ੍ਰੇਟ ਇੱਥੇ ਕੇਸ਼ੋਪੁਰ ਕਮਿਊਨਿਟੀ ਛੰਮ 'ਚ ਆਉਣਾ। ਲਗਭਗ 2-3 ਮਹੀਨੇ ਠਹਿਰਨ ਤੋਂ ਬਾਅਦ ਇਹ ਮਾਰਚ ਦੇ ਮਹੀਨੇ ਦੇ ਐਂਡ ਤੱਕ ਇਹ ਵਾਪਸ ਚਲੇ ਜਾਂਦੇ ਇੱਥੋਂ, ਕਿਉਂਕਿ ਠੰਡੇ ਮੁਲਕ ਤੋਂ ਆਉਂਦੇ ਸਾਈਬੇਰੀਆ ਰਸ਼ੀਆ ਤੋਂ ਇਹ ਮਾਈਗ੍ਰੇਟ ਕਰਕੇ ਇੱਥੇ ਛੰਮ 'ਚ ਆਉਂਦੇ ਆ, ਕਿਉਂਕਿ ਉੱਥੇ ਸਾਰਾ ਬਰਫ਼ ਜੰਮ ਜਾਂਦੀ ਹੈ। ਹਰ ਇਸ ਤਰ੍ਹਾਂ ਇਹਦਾ ਇਹਦੇ ਵਿੱਚ ਜਿਹੜੀ ਵਾਟਰ ਐਸੈਂਸ ਉਹ ਅਸੀਂ ਇਹਨੂੰ ਰਿਮੂਵ ਕਰਦੇ ਹਾਂ। ਉਸ ਰਿਮੂਵ ਕਰਨੇ ਕਰਕੇ ਜਿਹੜਾ ਇਹਨਾਂ ਦਾ ਹੈਬੀਟੇਟ ਆ ਉਹ 'ਚ ਇੰਪਰੂਵਮੈਂਟ ਹੁੰਦੀ ਆ ਅਤੇ ਇਸ ਕਰਕੇ ਇਹਦੀ ਵੱਧ ਤੋਂ ਵੱਧ ਸੰਖਿਆ ਵਿੱਚ ਪੰਛੀ ਇੱਥੇ ਆ ਜਾਂਦੇ ਨੇ। ਹਾਂਜੀ ਹਾਂਜੀ, ਕੋਈ ਸਾਡੇ ਡਿਪਾਰਟਮੈਂਟ ਨੂੰ ਫੰਡ ਰਿਲੀਜ਼ ਕਰਦਾ ਹੈ ਵਾਟਰ ਤੋਂ, ਹੋਰ ਥੋੜ੍ਹੇ ਕੋਈ ਨੈਚੁਰਲ ਟ੍ਰੇਲ ਬਣਾਉਣ ਵਾਸਤੇ ਕੋਈ ਹੋਰ ਐਕਟੀਵਿਟੀਜ਼ ਕਰਨ ਵਾਸਤੇ ਫੰਡ ਮਿਲਦੇ ਨੇ ਡਿਪਾਰਟਮੈਂਟ ਨੂੰ। ਸਰ, ਇਹਨਾਂ ਦਾ ਇਹ ਪੰਛੀ ਇੱਥੇ ਦੇ ਕਾਫੀ ਜ਼ਿਆਦਾ ਮਤਲਬ ਕਿ ਕੋਈ ਲਗਭਗ 100 ਦੇ ਕਰੀਬ ਸਪੀਸ਼ੀਜ਼ ਹੋਣੀਆਂ ਵੱਖਰੀਆਂ ਵੱਖਰੀਆਂ ਜੋ ਕਿ ਵਾਟਰ ਦੇ ਰਿਲੇਟਿਡ ਆ, ਅਤੇ ਇਹ ਸਾਰੀਆਂ ਉਹਨਾਂ ਦੇ ਜਿੱਥੇ ਇਹਨਾਂ ਦਾ ਆਪਣਾ ਹੈਬੀਟੇਟ ਆ ਸਾਈਬੇਰੀਆ ਤੋਂ ਇਜਿਪਟ ਤੋਂ ਰਸ਼ੀਆ ਤੋਂ, ਉੱਥੇ ਸਭ ਕੁਛ ਜਦੋਂ ਸਰਦੀਆਂ ਆਉਂਦੀਆਂ ਉੱਥੇ ਫਰੀਜ਼ ਹੋ ਜਾਂਦਾ ਆ, ਅਤੇ ਇਹਨਾਂ ਨੂੰ ਆਪਣੇ ਹੈਬੀਟੇਟ ਲੱਭਣ ਲਈ ਫਿਰ ਦੂਰੋਂ ਦੂਰੋਂ ਫਲਾਈਟ ਲੈ ਕੇ ਅਤੇ ਆਉਂਦੇ ਆ। ਸਰ, ਪੰਛੀ ਤਾਂ ਇੱਥੋਂ ਕਾਫੀ ਦੇਰ ਤੋਂ ਆ ਰਹੇ ਆ, ਪਰ ਇਹ ਹੈ ਕਿ ਜਦੋਂ ਦਾ ਪ੍ਰੋਜੈਕਟ ਸ਼ੁਰੂ ਹੋਇਆ, ਜਦੋਂ ਦਾ ਇੱਥੇ ਹੈਬੀਟੇਟ ਇੰਪਰੂਵਮੈਂਟ ਦੇ ਕੰਮ ਹੋਏ ਆ, ਜਿਵੇਂ ਕਿ ਡੀਸਿਲਟੇਸ਼ਨ ਹੋਈ ਸੀ ਕਿ ਪਾਣੀ ਜ਼ਿਆਦਾ ਖੜਾ ਰਹੇ, ਅਤੇ ਵਾਟਰ ਹਾਇਸਿੰਥ ਰਿਮੂਵ ਹੋਇਆ ਕਿ ਵੱਧ ਤੋਂ ਵੱਧ ਉਹਨਾਂ ਨੂੰ ਵਾਟਰ ਸਰਫੇਸ ਮਿਲੇ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।